ਫਿਲਮ ਦੇ ਵਿੱਚ ਸ਼ੂਟਿੰਗ ਦਾ ਜਿੰਨਾ ਇੰਪੋਰਟੈਂਟ ਰੋਲ ਹੁੰਦਾ ਨਾ ਉਨਾ ਹੀ ਇੰਪੋਰਟੈਂਟ ਰੋਲ ਹੁੰਦਾ ਹੈ ਡਬਿੰਗ ਦਾ। ਬਿਲਡਿੰਗ ਦੇ ਅੰਦਰ ਆਪਾਂ ਜਾਣਾ ਹੈ ਤੇ ਫਿਰ ਇੱਥੇ ਡਬਿੰਗ ਹੋਣੀ ਹੈ। ਚਲੋ ਜੀ ਆਉਣ ਨੇਰੀਆਂ ਜਾਣ ਨੇਰੀਆਂ ਨੀ ਬੀਬਾ ਦੀ ਬੀਬਾ ਬੋਤਲਾ ਸ਼ਰਾਬ ਦੀਆਂ ਅੱਖਾਂ ਤੇਰੀਆਂ ਨੀ ਬੀਬਾ ਬੋਤਲਾ ਸ਼ਰਾਬ ਅੱਖਾਂ ਤੇਰੀਆਂ ਹੁਣ ਮੇਰੀ ਵਾਰੀ ਆ ਗਈ ਆ ਤੇ ਹੁਣ ਡਬਿੰਗ ਮੈਂ ਕਰਨ ਲੱਗੀ ਆ ਤੇ ਰਜਿੰਦਰ ਜੀ ਸੈਟਿੰਗ ਕਰ ਰਹੇ ਆ। ਸਤਿ ਸ੍ਰੀ ਅਕਾਲ ਜੀ, ਮੈਂ ਚੱਲੀ ਆ ਚੰਡੀਗੜ੍ਹ। ਬਸ 2 ਮਿੰਟ ਦੇ ਵਿੱਚ ਤਿਆਰ ਹੋ ਕੇ ਹੁਣੇ ਗੱਡੀ 'ਚ ਬੈਠਣਾ। ਅਸਲ ਦੇ ਵਿੱਚ ਨਾ ਫਿਲਮ ਦੇ ਵਿੱਚ ਸ਼ੂਟਿੰਗ ਦਾ ਜਿੰਨਾ ਇੰਪੋਰਟੈਂਟ ਰੋਲ ਹੁੰਦਾ ਨਾ ਉਨਾ ਹੀ ਇੰਪੋਰਟੈਂਟ ਰੋਲ ਹੁੰਦਾ ਹੈ ਡਬਿੰਗ ਦਾ। ਡਬਿੰਗ ਮਤਲਬ ਜਿੰਨੇ ਡਾਇਲੋਗ ਸਾਰੇ ਕਲਾਕਾਰਾਂ ਨੇ ਫਿਲਮ ਦੇ ਵਿੱਚ ਬੋਲੇ ਹੁੰਦੇ ਨੇ ਉਹ ਦੁਬਾਰਾ ਫਿਰ ਸਟੂਡੀਓ ਦੇ ਵਿੱਚ ਰਿਕਾਰਡ ਹੁੰਦੇ ਨੇ ਤੇ ਉਹ ਡਾਇਲੋਗ ਜਿਹੜੇ ਨੇ ਫਿਰ ਫਿਲਮ ਦੇ ਉੱਤੇ ਚਾੜ ਦਿੱਤੇ ਜਾਂਦੇ ਨੇ ਤੇ ਤੁਹਾਨੂੰ ਉਹੀ ਵੌਇਸ ਜਿਹੜੀ ਉਹ ਸੁਣਾਈ ਦਿੰਦੀ ਹੈ। ਓਰੀਜਨਲ ਡਾਇਲੋਗ ਜਿਹੜੇ ਉਹਨਾਂ ਨੂੰ ਬੋਲਦੇ ਆ ਕਈ ਵਾਰੀ ਬੜੀਆਂ ਆਵਾਜ਼ਾਂ ਵਗੈਰਾ ਆਉਂਦੀਆਂ ਨੇ ਨਾ ਤੇ ਉਹ ਫਿਰ ਇਸ ਕਰਕੇ ਡਿਸਟਰਬੈਂਸ ਹੋਣ ਕਰਕੇ ਉਹ ਵਾਲੇ ਨਹੀਂ ਚੜੇ ਜਾਂਦੇ। ਡਬਿੰਗ ਕਿਵੇਂ ਹੁੰਦੀ ਆ, ਕਿੱਥੇ ਹੁੰਦੀ ਆ, ਇਹ ਸਾਰਾ ਕੁਝ ਜਿਹੜਾ ਵਾ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਰੂਬਰੂ ਕਰਾਂਗੇ ਤੇ ਆ ਜਾਓ ਫਿਰ ਮੇਰੇ ਨਾਲ। ਬਸ ਨਿਕਲਦੇ ਆ। ਇਹ ਆ ਜੀ ਰਬਾਬ ਸਟੂਡੀਓ ਔਰ ਇਹ ਵਾਲੀ ਬਿਲਡਿੰਗ ਜਿਹੜੀ ਇਹਦੇ ਵਿੱਚ ਸਾਡਾ ਹੈਗਾ ਏ ਸਟੂਡੀਓ ਔਰ ਇਸ ਬਿਲਡਿੰਗ ਦੇ ਅੰਦਰ ਆਪਾਂ ਜਾਣਾ ਤੇ ਫਿਰ ਇੱਥੇ ਡਬਿੰਗ ਹੋਣੀ ਆ। ਚਲੋ ਜੀ ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਚੰਡੀਗੜ੍ਹ ਆਏ ਹਾਂ, ਮੇਰੀ ਫਿਲਮ ਦੀ ਡਬਿੰਗ ਹੈ ਤੇ ਮਨਜੀਤ ਹੋਣਾ ਨੇ ਬੜੀ ਵਾਰੀ ਮੈਨੂੰ ਕਿਹਾ ਸੀ ਕਿ ਸ਼ੂਟਿੰਗ ਦੇਖਣਾ ਚਾਹੁੰਦੇ, ਸ਼ੂਟਿੰਗ ਦੀ ਤਾਂ ਜੇ ਪੋਸੀਬਿਲਿਟੀ ਥੋੜ੍ਹੀ ਜਿਹੀ ਲੇਟ ਤਾਂ ਅਸੀਂ ਸੋਚਿਆ ਵੀ ਅੱਜ ਸਾਨੂੰ ਡਬਿੰਗ ਵਿਖਾਉਂਦੇ ਹਾਂ ਕਿਵੇਂ ਕੀਤੀ ਜਾਂਦੀ ਆ ਤੇ ਇਹ ਰਬਾਬ ਸਟੂਡੀਓ ਆ, ਵਨ ਆਫ ਦਾ ਬੈਸਟ ਸਟੂਡੀਓ ਸਾਡੀ ਫਿਲਮ ਇੰਡਸਟਰੀ ਦਾ ਤੇ ਅੱਜ ਇੱਥੇ ਮੇਰੀ ਫਿਲਮ ਗਜ਼ਰੀ ਜੋਧੇ ਦੀ ਡਬਿੰਗ ਆ ਜਿਹਦੇ ਵਿੱਚ ਬਹੁਤ ਸਾਰੇ ਕਲਾਕਾਰ ਨੇ ਤੇ ਅਸੀਂ ਇੱਥੇ ਸ਼ੂਜ਼ ਉਤਾਰਾਂਗੇ ਫਿਰ ਅਸੀਂ ਜਾਵਾਂਗੇ ਜੀ ਸਟੂਡੀਓ ਦੇ ਅੰਦਰ ਉੱਥੇ ਫਿਰ ਆਪਾਂ ਕਰਾਂਗੇ ਫਿਲਮ ਦੀ ਡਬਿੰਗ ਅਤੇ ਇਹਨਾਂ ਨੂੰ ਵਿਖਾਵਾਂਗੇ ਕਿ ਡਬਿੰਗ ਕਿਵੇਂ ਹੁੰਦੀ ਹੈ। ਆਓ ਜੀ, ਇਹ ਸਟੂਡੀਓ ਹੈ ਜੀ। ਕਿੰਨੇ ਕੁ ਸੀਨ ਨੇ ਮੇਰੇ? ਤੁਹਾਡੇ ਸੀਨ ਨੇ ਜੀ ਬਸ ਅੱਜ। ਤੁਸੀਂ ਲੋਗੇ ਕੀ ਪਹਿਲਾਂ ਚਾਹ ਜਾਂ ਕੁਛ? ਹੁਣ ਮੇਰੀ ਵਾਰੀ ਆ ਗਈ ਆ ਤੇ ਹੁਣ ਡਬਿੰਗ ਮੈਂ ਕਰਨ ਲੱਗੀ ਆ ਤੇ ਰਜਿੰਦਰ ਜੀ ਸੈਟਿੰਗ ਕਰ ਰਹੇ ਆ। ਮੈਨੂੰ ਲੱਗਦਾ ਆਈ ਐਮ ਬlesed ਯਾਰ ਯਾਰ, ਮੈਂ ਜਦੋਂ ਵੀ ਰਜਿੰਦਰ ਜੀ ਨਾਲ ਕੰਮ ਕਰਦੀ ਨਾ ਸੱਚੀ ਬੜਾ ਮਜ਼ਾ ਆਉਂਦਾ। ਅਰੇ ਮੈਮ ਬlesed ਤਾਂ ਸੀ ਜੀ ਤੁਹਾਡੇ ਨਾਲ ਕੰਮ ਕਰਕੇ, ਮੈਮ ਕਮਾਲ ਹੈ। ਇੱਥੇ ਹੁਣ ਇਹ ਮਾਈਕ ਲੱਗਾ ਹੋਇਆ, ਇਹ ਇਹ ਫਿਲਟਰ ਜਿਹਾ ਲੱਗਾ ਅੱਗੇ ਆ, ਇਹਨਾਂ ਨੇ ਕੰਨਾਂ ਨੂੰ ਖੋਪੇ ਲਾ ਦੇਣੇ ਆ। ਉਹ ਸਾਹਮਣੇ ਟੀਵੀ ਆ ਔਰ ਉੱਥੇ ਜੋ ਕੁਝ ਆਏਗਾ ਉਧਰ ਇਹਨਾਂ ਦੇ ਨਾਲ ਸਕਰੀਨ ਤੇ ਵੀ ਚੱਲੇਗਾ, ਇਹਨਾਂ ਨੂੰ ਵੀ ਦਿਖਾਈ ਦੇਗਾ ਉਧਰਲੇ ਪਾਸੇ ਤੇ ਮੈਂ ਜੋ ਕੁਝ ਬੋਲਾਂਗੀ ਉੱਥੇ ਰਿਕਾਰਡ ਕਰਨਗੇ, ਮੇਰੀਆਂ ਗਲਤੀਆਂ ਕੱਢਣਗੇ, ਮੈਨੂੰ ਦੱਸਣਗੇ ਸਹੀ ਕਿਵੇਂ ਹੋਣਾ ਤੇ ਫਿਰ ਅਸੀਂ ਫਿਲਮ ਦੇ ਵਿੱਚ ਜੋ ਕੁਝ ਬੋਲਿਆ ਉਹ ਸਾਰਾ ਡਿਲੀਟ ਕਰ ਦੇਣਗੇ ਤੇ ਇਹ ਵਾਲੀ ਆਵਾਜ਼ ਜਿਹੜੀ ਹੈ ਫਾਈਨਲ ਰਹੇਗੀ। ਹੈ ਨਾ ਰਜਿੰਦਰ ਜੀ? ਬਿਲਕੁਲ ਮੈਮ, ਬਿਲਕੁਲ। ਥੈਂਕ ਯੂ, ਐਗਜ਼ੈਕਟਲੀ, ਯੂ ਆਰ ਵੈਲਕਮ ਮੈਮ, ਆਲਵੇਜ਼ ਵੈਲਕਮ। ਕਰੀਏ ਸ਼ੁਰੂ ਜੀ ਫਿਰ? ਬਿਲਕੁਲ ਮੈਮ, ਬਿਲਕੁਲ ਬਿਲਕੁਲ। ਠੀਕ ਹੈ, ਥੈਂਕ ਯੂ। ਚਲੋ ਜੀ ਆਲਾ ਫੜ ਆਲਾ ਫੜ, ਮੂੰਹ ਮਿੱਠਾ ਕਰ, ਮੂੰਹ ਮਿੱਠਾ ਕਰ। ਹਾਸਾ ਥੋੜਾ ਘੱਟ ਨਹੀਂ ਸੀ? ਹਾਂ ਨਹੀਂ, ਚੈੱਕ ਕਰਦੇ ਮੈਂ ਇੱਕ ਵਾਰ। ਇਹ ਜੀ ਡਬਿੰਗ ਹੋ ਰਹੀ ਹੈ ਇਹਨਾਂ ਦੀ ਅੱਜ। ਹਾਂ ਹਾਂ, ਸਟ੍ਰੀਮ ਚੱਲ ਰਿਹਾ ਮਤਲਬ। ਵਾਲੀਆਂ ਵਾਲੀਆਂ ਵਧਾਈਆਂ ਹੋਣ, ਨਾ ਦੱਸਿਆ ਆਲਾ ਫੜ, ਮੂੰਹ ਮਿੱਠਾ ਕਰ, ਮੇਵਾ ਆਇਆ ਆਪਣੇ ਰਬਾਬ ਸਟੂਡੀਓ। ਨਾਈਸ ਮੈਮ, ਠੀਕ ਹੈ। ਹਾਂ ਜੀ ਹਾਂ ਜੀ, ਅੱਗੇ ਅੱਗੇ ਕਰਦੇ ਮੈਮ ਜੀ। ਨਾਈਸ, ਆ ਮੋਲਕ ਜੀ ਬੈਠੇ ਨੇ। ਕਾ ਕਰ, ਮੇਵਾ ਆਇਆ, ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ, ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ। ਕੀ ਐ ਬੋ ਦੜ ਫਟੇ ਮੂੰਹ,
ਸਾ ਗੁਰੂ ਦੀ ਹੈ ਚਲੋ ਆ ਜਾਓ ਫਿਰ ਲਿਆਓ ਇੱਧਰ ਪਾ ਦੋ ਸਰ ਜੀ ਮੈਮ ਇੱਕ ਟੇਕ ਹੋਰ ਕਰਾਂਗੀ ਮੈਮ ਬੋਲੀ ਦੀ ਕਿਹੜੀ ਗੱਲ ਹੈ ਮੈਂ ਪਾ ਦਿੰਦੀ ਆ ਆਉਣ ਨੇਰੀਆਂ ਜਾਣ ਨੇਰੀਆਂ ਨੀ ਬੀਬਾ ਨੀ ਬੀਬਾ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ ਨੀ ਬੀਬਾ ਬੋਤਲਾਂ ਸ਼ਰਾਬ ਅੱਖਾਂ ਤੇਰੀਆਂ ਹਾਂਜੀ ਹਾਂਜੀ